ਬਰਾਬਰਤਾ ਲਈ ਕੰਮ ਕਰ ਰਹੇ ਆ ਜੇ ਸਕੂਲ ਸ਼ਾਨਦਾਰ ਬਣਨਗੇ ਤਾਂ ਆਮ ਲੋਕਾਂ ਦੇ ਨਾਲ ਨਾਲ ਗਰੀਬਾਂ ਦੇ ਬੱਚੇ ਵੀ ਉਹੀ ਸਿੱਖਿਆ ਲੈਣਗੇ ਇਸੇ ਤਰ੍ਹਾਂ ਮੁਹੱਲਾ ਕਲੀਨਿਕ ਤੇ ਹਸਪਤਾਲ ਸ਼ਾਨਦਾਰ ਬਣਨਗੇ ਤਾਂ ਬਾਕੀਆ ਦੇ ਨਾਲ ਨਾਲ ਗਰੀਬਾਂ ਦੇ ਬੱਚਿਆਂ ਨੂੰ ਵੀ ਜ ਗਰੀਬਾਂ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ ਉਹੋ ਜਿਹਾ ਇਲਾਜ ਹੀ ਮਿਲੂਗਾ ਜਿਹੜਾ امیرਾਂ ਨੂੰ ਮਿਲ ਰਿਹਾ ਹੈ ਅੱਜ ਜਿਸ ਸਿਲਸਿਲੇ 'ਚ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਜਦੋਂ ਮੁੱਖ ਮੰਤਰੀ ਦੇ ਤੌਰ ਤੇ ਮੈਂ ਸੌਂ ਚੁੱਕੀ ਤਾਂ ਮੈਂ ਅਫਸਰਾਂ ਨੂੰ ਪੁੱਛਿਆ ਕਿ ਏਜੀ ਆਫਿਸ ਦੇ ਵਿੱਚ ਐਡਵੋਕੇਟ ਜਨਰਲ ਦੇ ਆਫਿਸ ਦੇ ਵਿੱਚ ਜਿਹੜੇ ਲਾਅ ਅਫਸਰ ਨਿਯੁਕਤ ਕੀਤੇ ਜਾਂਦੇ ਨੇ ਉਹਨਾਂ ਦੇ ਵਿੱਚ ਕਿਤੇ ਰਿਜ਼ਰਵੇਸ਼ਨ ਹੈ ਤਾਂ ਉਹ ਕਹਿੰਦੇ ਜੀ ਨਹੀਂ ਮੈਂ ਕਿਹਾ ਵੀ ਆਪਾਂ ਕਰ ਸਕਦੇ ਉਹ ਕਹਿੰਦੇ ਬਿਲਕੁਲ ਸਰਕਾਰੀ ਫੈਸਲਾ ਕਰ ਸਕਦੀ ਹੈ ਤੇ ਐਸ்சி ਭਾਈਚਾਰੇ ਦੇ ਵਕੀਲਾਂ ਨੂੰ ਅਸੀਂ ਲਾਅ ਅਫਸਰ ਦੇ ਤੌਰ ਤੇ ਰੱਖ ਸਕਦੇ ਹਾਂ ਤਾਂ ਮੈਂ ਤੁਹਾਨੂੰ ਅੱਜ ਖੁਸ਼ਖਬਰੀ ਦੇ ਰਿਹਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਜਿਹੜੀ ਲਾਅ ਅਫਸਰ ਦੀਆਂ ਪੋਸਟਾਂ ਨੇ ਜਿੰਨੀਆਂ ਉਹਨਾਂ ਤੋਂ ਬਿਨਾ 58 ਪੋਸਟਾਂ ਹੋਰ ਜਿਹੜੀਆਂ ਕ੍ਰੀਏਟ ਕੀਤੀਆਂ ਜਾਣਗੀਆਂ ਲੋ ਅਫਸਰਾਂ ਦੀਆਂ ਜਿਹੜੀਆਂ ਐਸ்சி ਭਾਈਚਾਰੇ ਲਈ ਰਿਜ਼ਰਵ ਹੋਣਗੀਆਂ ਅੱਜ ਅਖਬਾਰਾਂ ਦੇ ਵਿੱਚ ਉਹਦੀ ਐਡਵਰਟਾਈਜ਼ਮੈਂਟ ਆ ਚੁੱਕੀ ਹੈ ਪ੍ਰੋਸੈਸ ਉਹਦਾ ਸ਼ੁਰੂ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਵੀ ਪ੍ਰੋਟੋਕਾਲ ਹੈ ਉਹਨੂੰ ਫਾਲੋ ਕਰਕੇ ਇਹ ਪੋਸਟਾਂ ਭਰ ਦਿੱਤੀਆਂ ਜਾਣਗੀਆਂ ਔਰ ਇੱਕ ਹੋਰ ਖੁਸ਼ੀ ਦੀ ਗੱਲ ਇਹ ਹੈ ਕਿ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਰਾਜ ਦੇ ਵਿੱਚ ਕਿਸੇ ਵੀ ਸੰਸਥਾ ਦੇ ਵਿੱਚ ਕਿਸੇ ਵੀ ਪੈਨਲ ਦੇ ਵਿੱਚ ਵਕੀਲਾਂ ਵਾਸਤੇ ਇਹ ਸਹੂਲਤ ਨਹੀਂ ਹੈਗੀ ਪੰਜਾਬ ਪਹਿਲੀ ਸਟੇਟ ਹੈ ਜਿਹੜੀ ਐਸ்சி ਭਾਈਚਾਰੇ ਲਈ ਇਹ ਸਹੂਲਤ ਜਿਹੜੀ ਹੈ ਲਾਗੂ ਕਰਨ ਲੱਗੀ ਹੈ ਅਸੀਂ ਚਾਹੁੰਦੇ ਹਾਂ ਕਿ ਆਮ ਦਬੇ ਕੁਚਲੇ ਲੋਕ ਜਿਹੜੇ ਨੇ ਉਹ ਅੱਗੇ ਆਉਣ ਪੜ੍ਹਾਈ ਚ ਅੱਗੇ ਆਉਣ ਖੇਡਾਂ ਚ ਅੱਗੇ ਆਉਣ ਜਿਹੜੇ ਫੀਲਡ ਦੇ ਵਿੱਚ ਵੀ ਉਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕਿਸੇ ਪਾਸਿਓਂ ਕੋਈ ਇਰਾਦੇ ਵਿੱਚ ਉਹਨਾਂ ਦੇ ਰੋੜਾ ਨਾ ਹੋਵੇ ਸੋ ਕਾਨੂੰਨੀ ਅੜਚਣਾ ਜਿਹੜੀਆਂ ਨੇ ਉਹਨਾਂ ਸਾਰੀਆਂ ਨੂੰ ਦੂਰ ਕਰਕੇ ਮਾਹਰਾਂ ਨਾਲ ਸਲਾਹ ਕਰਕੇ ਅੱਜ ਮੈਂ ਐਲਾਨ ਕਰਨ ਲੱਗਿਆ ਕਿ ਪੰਜਾਬ ਦੇ ਵਿੱਚ ਏਜੀ ਆਫਿਸ ਦੇ ਵਿੱਚ ਜਿੰਨੇ ਵੀ ਲਾਅ ਆਫਸਰ ਨੇ ਪਹਿਲਾਂ ਜਿੰਨੀਆਂ ਪੋਸਟਾਂ ਸੀ ਉਹਨਾਂ ਤੋਂ ਬਿਨਾਂ 58 ਵਾਧੂ ਪੋਸਟਾਂ ਜਿਹੜੀਆਂ ਨੇ ਉਹ ਕ੍ਰੀਏਟ ਕੀਤੀਆਂ ਜਾ ਰਹੀਆਂ ਨੇ जो कि एससी भाईचारे रिजर्व हो मेरा फर्ज भी है और असं ये वादे भी किए हुए हैं लोगों वादे निभावे बहुत बहुत धन्यवाद इनकलाब जिंदाबाद